स्वागत है किसान वीरों तुहाडा सिदक डेयरी फार्मिंग दे विच। किसान वीरों अज फिर थोनू बच्छियां दिखावांगे ते इस वीर कोल जदों भी आईदा अठ अठ दस दस नग वैड़ां दे हुंदे आ, मेहनत बाई दी वी पिंडां दे विचों कट्ठे करके लिआउंदा ते उदू बाद च विकरी वास्ते हुंदे आ ते उह थोनू दिखाए जांदे आ। अज पुच्चो खुरद पिंड दे विच पहुंचे आ, बठिंडे जिले दा इह पिंड आ ते हाईवे दे उत्ते पैंदा जिहड़ा हाईवे बठिंडे तों बरनाला संगरूर नूं जांदा। कुल 9 नग दोस्तों तुहानूं विखाउणे आ जिहड़े विकरी वाले, जिन्हां दे विच 4 नग जिहड़े ओह छोटी उमर दे आ, सामने बद्धे आ अलग खुरली दे उत्ते, ते उहनां तों बिना 5 नग इस साइड दे उत्ते आ जिन्हां दे विचों इक साहीवाल नसल दी वैड वी विकरी वास्ते हैगी आ। सो इहनां बारे गल्लबात बाई नाल करांगे, वीडियो नूं एंड तक देखियो। जिहनूं इहनां चों कोई वी वैड पसंद आ जे, तुहाडा हक है, तुसीं आपदी तसल्ली कर सकदे हो ते आपदी तसल्ली दे नाल खरीद लिओ। आओ वीर नाल गलबात करिए ते पहलां छोटियां बच्छियां तों वीडियो दी शुरुआत करदे आ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦੀ ਬਾਈ? ਨਿਰਮਲ ਸਿੰਘ ਜੀ। ਠੀਕ ਹੈ ਨਿਰਮਲ ਬਾਈ, ਜ਼ਿਲ੍ਹਾ ਬਠਿੰਡਾ ਜੀ। ਠੀਕ ਹੈ, ਅੱਜ ਫਿਰ 9 ਨਾਗ ਆਪਾਂ ਵਿਕਰੀ ਵਾਸਤੇ ਆਪਣੇ ਕੋਲ। ਕੱਲ ਤੁਹਾਨੂੰ ਬਸ ਟਾਈਮ ਨਹੀਂ ਲੱਗਿਆ ਸ਼ਾਮ ਦਾ, ਹੁਣ ਮੈਨੂੰ ਬੁਲਾਉਣ ਦਾ, ਕੱਲ ਗਾਵਾਂ ਸੀ ਤੁਹਾਨੂੰ ਗੱਲ ਹੋਈ ਸੀ ਸ਼ਾਮ ਨੂੰ, ਕੱਲ 4 ਬਿਲਕੁਲ 4 ਹੀ ਸੇਲ ਹੋ ਗਈਆਂ ਤਾਂ। ਹਾਂਜੀ 5 ਸੀਗੀਆਂ, ਇੱਕ ਤਾਂ ਇੱਧਰ ਬਾਣੇ ਵਾਲੀ ਦੀ ਬੰਦੇ ਲੈ ਕੇ, 4 ਆਪਣੇ ਫਾਰਮ 'ਚ ਜਾਣਗੀਆਂ ਅੰਕਲ ਜੀ, ਆਪਣਾ ਫਾਰਮ ਆਈ ਆਪਣਾ। ਅੱਛਾ ਠੀਕ ਹੈ। ਹਾਂਜੀ ਹਾਂਜੀ। ਅੱਛਾ ਦੁੱਧ ਵਾਲੇ ਪਸ਼ੂ ਹੁਣ ਆਈ ਜਾਂਦੇ ਆ ਰੂਟੀਨ? ਹਾਂਜੀ ਹਾਂਜੀ, ਡੇਲੀ ਮੰਨ ਲਓ 1-2 ਗਾਵਾਂ ਤਾਂ ਲੈ ਹੀ ਜਾਂਦੇ ਆ। ਡੇਲੀ 1-2 ਗਾਵਾਂ ਆਈ ਜਾਂਦੇ, ਵਿਕੀ ਜਾਂਦੇ ਦੁੱਧ, ਜਿਹੇ ਜਾਂ ਨਾਰਮਲ ਹੁਣ ਰੇਟ ਘੱਟ ਆ ਗਾਵਾਂ ਦਾ, ਉਸ ਦਾ ਵਧੀਆ ਕੰਮ ਚੱਲੀ ਜਾਂਦਾ ਬਾਈ। ਠੀਕ ਹੈ। ਅੱਛਾ ਅੱਜ ਇਧਰਲੇ ਪਾਸੇ ਦੇ ਜਿਹੜੇ 4 ਨਾਗ ਹੈ, ਇਹਨਾਂ ਦੀ ਕੀ ਡਿਟੇਲ ਹੈ? ਇਹ ਡਿਟੇਲ ਕੋਈ ਇਹ 7 ਕ ਮੰਥ ਤੋਂ 8 ਕ ਮੰਥ ਦੇ ਵਿੱਚ ਵਿੱਚ ਸਾਰੀਆਂ 7-8 ਮਹੀਨੇ ਉਮਰ ਇਹਨਾਂ ਦੀ। ਹਾਂਜੀ ਹਾਂਜੀ, ਇਹਨਾਂ ਦੇ 3 ਤਾਂ ਸਮਝ ਲਓ ਐਚਐਫ ਆ ਗਈ। ਠੀਕ ਹੈ, ਬਰੀਡਿੰਗ ਆ ਗਈ ਤੇ ਉਹ ਹੈਗੀ ਆਪਣੀ ਸ਼ਾਹੀਵਾਲ ਦੀ ਜਰਸੀ ਕਰਾ ਦੇ ਲਾਸਟ ਦੇ। ਠੀਕ ਹੈ। ਅੱਛਾ ਰੇਟ ਇਹਨਾਂ ਦਾ ਕੀ ਰੱਖਿਆ? 15,000 ਰੁਪਏ ਬਾਈ ਸਾਹਿਬ। 15,000 ਤੇ ਇਹਦੇ ਚੋਂ ਘੱਟ ਜੂਗਾ ਰੇਟ ਤਾਂ? ਹਾਂ, ਸਨਮਾਨ ਹੋ ਜੂਗਾ। ਠੀਕ ਹੈ ਜੀ, ਪ੍ਰੋਪਰ ਤੁਹਾਨੂੰ ਬੱਚੀਆਂ ਦੱਸਣਗੀਆਂ ਮੇਰੀ ਕਹਿਣ ਤੇ ਬਾਈ ਜੀ ਲੋੜ ਨਹੀਂ। ਠੀਕ ਹੈ। ਤੋ ਦੋਸਤੋ 7-8 ਮਹੀਨੇ ਉਮਰ ਹੈ, ਸੋਹਣੀ ਬੱਚੀ ਪਹਿਲੇ ਨੰਬਰ ਤੇ, ਸਿੱਧੀਆਂ ਲੱਤਾਂ ਦੀ ਹੈ ਤੇ ਇਹਦਾ ਰੇਟ 15,000 ਹੈ। ਦੇਖ ਸਕਦੇ ਹੋ ਖੜਨੀ ਬੱਚੀ ਦੀ ਬਹੁਤ ਸੋਹਣੀ ਹੈ, ਸੋਹਣੇ ਫੇਸ ਦੀ ਹੈ ਦੋਸਤੋ ਬੱਚੀ, ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਦਿਖਾ ਰਹੇ। ਲੈ ਚੱਲ ਨਿਰਮਲ। ਇਧਰੋਂ 4 ਬੱਚੀਆਂ ਜਿਹੜੀਆਂ ਲਗਭਗ ਇੱਕੋ ਜਿਹੀ ਉਮਰ ਅੰਦਾਜ਼ਾ ਇਹਨਾਂ ਦਾ ਹੈਗੀ ਹੈ ਤੇ ਰੇਟ ਵੀ ਇਹਨਾਂ ਦਾ ਸੇਮ ਰੱਖਿਆ। 3 ਐਚ ਐਫ 'ਚ ਪੈਂਦੀਆਂ ਤੇ ਲਾਸਟ ਉੱਤੇ ਇੱਕ ਜਰਸੀ ਤੇ ਸਾਹੀਵਾਲ ਦੀ ਕਰੋਸ ਬਰੀਡ ਆ। ਤੋ ਮਾਨਤਾਨ ਇਹਦੇ 'ਚੋਂ ਹੋ ਜੂਗਾ, ਰੇਟ ਕੁਛ ਘੱਟ ਜੂਗਾ, ਜਿੰਨਾ ਮੰਗਿਆ ਉਹ ਫਿਕਸ ਨਹੀਂ ਗਾ, ਪਰ ਇੱਕ ਵਾਰ ਡਿਮਾਂਡ ਜਿਹੜੀ ਉਹ 15,000 ਦੀ ਬਾਈ ਨੇ ਨਗ ਦੇ ਹਿਸਾਬ ਤੇ ਕੀਤੀ ਹੈ। 4 ਨਾਗ ਹੈ ਤੇ 4 ਦਾ ਰੇਟ ਬਣਦਾ 60,000। ਬਹੁਤ ਸੋਹਣੀ ਬੱਚੀ ਦੋਸਤੋ, ਇਹ ਵੀ 2 ਨੰਬਰ ਤੇ, ਬਾਕੀ ਤੁਹਾਨੂੰ ਪਸੰਦ ਹੋਣੀ ਚਾਹੀਦੀ ਹੈ। ਤੋ ਆਪਦੀ ਆ ਕੇ ਸਾਹਮਣੇ ਜ਼ਰੂਰ ਇਹਨਾਂ ਪਸ਼ੂਆਂ ਨੂੰ ਤੁਸੀਂ ਦੇਖ ਸਕਦੇ ਹੁੰਦੇ ਆ। ਇਹ ਬੱਚੀ ਦੋਸਤੋ ਜਰਸੀ ਤੇ ਸਾਹੀਵਾਲ ਦੀ ਕਰੋਸ ਹੈ, ਸਟਰੇਟ ਉੱਤੋਂ ਤੁਹਾਨੂੰ ਦਿਸੂਗੀ, ਪਿੱਠ ਤੋਂ ਪਿਛਲੇ ਪਾਸੇ ਪੁੜਿਆਂ ਤੋਂ ਥੋੜ੍ਹੀ ਜਿਹੀ ਸਾਹੀਵਾਲ 'ਚ ਪੈਂਦੀ ਹੈ, ਚਿਹਰਾ ਜਿਹੜਾ ਉਹ ਜਰਸੀ ਦਾ ਹੈਗਾ, ਮੱਥੇ ਦੇ ਵਿੱਚ ਟੋਆ ਪੈਂਦਾ। ਬਾਕੀ ਜਿਹੜੀ ਇਹ ਮਿਕਸ ਬਰੀਡ ਹੈ ਜਰਸੀ ਤੇ ਸਾਹੀਵਾਲ ਦੀ, ਡਿਮਾਂਡ ਇਹਦੀ ਵੀ 15,000 ਹੈ, ਬਾਕੀ ਇਹਦੇ 'ਚੋਂ ਵੀ ਰੇਟ ਘਟਣਾ ਕੁਛ। ਇਹਦੋਂ ਅੱਗੇ ਆਪਾਂ ਇੱਧਰੋਂ ਜਿਹੜੀਆਂ 5 ਵੱਛੀਆਂ ਜੋ ਸੋ ਵੱਡੀਆਂ ਵੱਛੀਆਂ ਇਹ, ਇਹਨਾਂ ਬਾਰੇ ਬਾਈ ਤੋਂ ਪੁੱਛਦੇ ਹਾਂ ਡਿਟੇਲ। ਇਹਦੀ ਉਮਰ ਕਿੰਨੀ ਕੁ ਹੈ ਬਾਈ ਜਿਹੜੀ ਪਹਿਲੇ? 16 ਕੁ ਮਾਸ ਦੀ ਉਮਰ ਹੈ ਜੀ। 16 ਮਹੀਨੇ, ਖੀਰੀ ਹੈ ਦੰਦੋਂ ਤਾਂ? ਹਾਂਜੀ, ਖੀਰੀ ਖੀਰੀ। ਠੀਕ ਹੈ। ਅੱਛਾ ਇਹਦਾ ਰੇਟ ਕੀ ਰੱਖਾਂਗੇ? 32,000 ਰੁਪਏ। 32,000 ਪ੍ਰੋਪਰ ਬਾਡੀ ਵੇਟ ਗੇਨ ਆ ਜੀ ਇਹਦਾ। ਠੀਕ ਹੈ। ਮੰਨ ਲਓ 2 ਮਹੀਨੇ ਤੱਕ ਇਹਨੂੰ ਇਹਦੀ ਏਆਈ ਹੋ ਜਾਣੀ, 2 ਮਹੀਨੇ ਤੱਕ ਏਆਈ ਹੋ ਜੂਗੀ ਦੋਸਤੋ, ਬਾਡੀ ਵੇਟ ਪੂਰਾ। ਠੀਕ ਹੈ। ਪਾਊਡਰ ਬਾਈ ਕਹਿੰਦਾ ਵੀ ਮਿਨਰਲ ਮਿਕਸਚਰ, ਮਤਲਬ ਮਿਨਰਲ ਮਿਕਸਚਰ ਵੀਰ ਕਹਿੰਦਾ ਵੀ ਪ੍ਰੋਪਰ ਫੀਡ ਦੇ ਨਾਲ ਚੱਲੇ ਤਾਂ 2 ਮਹੀਨਿਆਂ 'ਚ ਇਸ ਵੱਛੀ ਦੀ ਏਆਈ ਹੋ ਜੂਗੀ। ਕੱਦ ਕਾਠ ਵੱਛੀ ਦਾ ਬਹੁਤ ਚੰਗਾ, ਦੰਦੋਂ ਖੀਰੀ ਆ ਤੇ 16 ਮਹੀਨੇ ਦੋਸਤੋ ਇਹਦੀ ਇਸ ਟਾਈਮ ਉਮਰ ਆ। ਸੋ ਦੇਖ ਸਕਦੇ ਹੋ ਬਹੁਤ ਸੋਹਣੇ ਫੇਸ ਦੀ ਹੈ, ਸਿੱਧੀ ਲੱਤ ਆ ਬਿਲਕੁਲ ਇਹਦੀ, ਚੰਗੇ ਕੱਦ ਕਾਠ ਦੀ ਵੈੜ ਆ ਬਿਲਕੁਲ, ਉੱਤੋਂ ਬਿਲਕੁਲ ਸਟਰੇਟ, ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ, ਸੋਹਣੀ ਵੱਛੀ ਪਹਿਲੇ ਨੰਬਰ ਦੀ। ਸੋ ਇਹਦੀ ਡਿਮਾਂਡ ਜਿਹੜੀ ਕੀਤੀ ਹੈ ਬਾਈ ਨੇ ਉਹ 32,000 ਹੈ, ਚੰਗੇ ਕੱਦ ਕਾਠ ਦੀ ਵੈੜ ਆ। ਜਦੋਂ ਅੱਗੇ ਇੱਕ ਹੋਰ ਵੈੜ ਆ ਵੀਰ ਕੋਲ ਵੱਡੀਆਂ 'ਚੋਂ, ਇਹਦੀ ਉਮਰ ਕਿੰਨੀ ਕੁ ਹੈ ਬਾਈ? ਇਹਦੀ ਉਮਰ 15 ਕੁ ਮਹੀਨੇ। 15 ਕੁ ਮਹੀਨੇ ਉਮਰ ਹੈ। ਠੀਕ ਹੈ। ਹਾਂ, ਚਾਚਾਰੀ ਆਪਣੇ ਬੱਚਿਆਂ ਦੇ ਕਹਿਣ ਦੀ ਲੋੜ ਨਹੀਂ। ਅੱਛਾ ਇਹਦਾ ਰੇਟ ਕੀ ਰੱਖਿਆ ਮੈਂ? ਇਹਦਾ 32,000 ਰੁਪਏ। ਤੋਰੀ ਬਾਈ ਦੋਸਤੋ 32,000 ਹੀ ਇਹਦਾ ਰੇਟ ਹੈ ਤੇ ਇਹਦੀ ਉਮਰ 15 ਮਹੀਨੇ ਹੈ।
दंदों खीरी है। तो जेड़ा वीर पसंद करे तो तुसी कॉन्टैक्ट बाई ना कर सकते हो। दोस्तों नंबर मैं दो स्क्रीन उत्ते लाउना हुन्ना बाई दे, उस नंबर ते तुसी कॉल जेड़ी ओह करनी हुंदी है। तो देख सकते हो फेस इहदा भी सोहना है, ले चल भाई। तो ये भी सोहनी बच्ची जिहड़ी दो नंबर ते वड्डियां बच्चियां दे विचों दिखा रहे हैं। इस जोड़े की डिमांड बाई ने 64,000 कीती है, 32-32 टिक दा रेट रख के। तो गब्बन होण दे दोने ही योग है, थोड़े बहुते टाइम च इन्हां दी एआई हो सकती है प्रोपर जिहड़ी उह तुसी सांभ संभाल इन्हां दी करदे हो। तां इहदों अग्गे जिहड़ी वैड आ दसो इहदे बारे वीर तों पुछदे। निर्मल भाई किन्नी उमर होऊगी? इह 11 कु मंथ दी दोनों जी। ठीक है, की रेट है? 21,000 ਰੁਪਏ ਭਾਈ। ਬਾਈ ਕਰਾਉ ਲਓ ਉਸ ਕੋਲ, ਕਹਿੰਦੀ ਦੋਨਾਂ ਦੀ 21,000। ਇਹ ਜਰਸੀ ਕਰਾਉ ਥੋੜੀ ਜੀ, ਅੱਛਾ ਕਰਾਉ। ਠੀਕ ਹੈ, ਦੱਸੋ ਕਾਲੇ ਰੰਗ ਚ ਹੈ। ਤੋ ਇਹਨਾਂ ਦੋਨਾਂ ਦਾ ਰੇਟ ਬਾਈ ਨੇ 21,1 ਦਾ 42,000 ਜੋੜੇ ਦੀ ਡਿਮਾਂਡ ਕੀਤੀ ਹੈ। ਇਹਦੋਂ ਅੱਗੇ ਇੱਕ ਸਾਹੀਵਾਲ ਵੈੜ ਆ, ਇਹਦੀ ਉਮਰ ਕਿੰਨੀ ਕਹੋ ਨਰਮਲ ਬਾਈ? 18-19 ਮਹੀਨੇ ਦੀ ਹੋਣੀ ਬਾਈ। ਦੰਦੋਂ ਕਿਵੇਂ ਇਹ? ਦੰਦੋਂ ਇਹਨੇ ਇੱਕ ਦੰਦ ਸਿੱਟਤਾ ਜੀ। ਇੱਕ ਦੰਦ ਸਿੱਟਿਆ ਵੇ, ਚੱਕੂ ਗਿਆ ਸੀ ਦੋਨ ਦੀ। ਠੀਕ ਹੈ, ਤੇ ਵੈਸੇ ਜੇ ਉਹ ਤਾਂ ਥੀਰਿਆਂ 'ਚ ਹੀ ਮੰਨਦੇ ਆ, ਪਰ ਆਪਾਂ ਜਿਹੜੀ ਗੱਲ ਆ ਵੀ ਪ੍ਰੋਪਰ ਪੱਟ ਕੇ ਦਿਖਾਉਣਾ ਪੈ ਜੇ ਕਿਸੇ ਨੂੰ, ਕਈ ਵਾਰੀ ਆਨਲਾਈਨ ਭੇਜਣੀ ਪੈ ਜੀ। ਸਹੀ ਹੈ, ਉਸ ਗੱਲ ਦਾ ਬਾਈ ਫਿਰ ਫਾਇਦਾ ਨਹੀਂ ਕੋਈ। ਇੱਕ ਮੈਂ ਤੁਹਾਨੂੰ ਗੱਲ ਦੱਸ ਦਿਆਂ, ਕਈ ਵਾਰੀ ਬਾਈ ਜੀ ਕਹਿੰਦੇ ਵੀ ਪ੍ਰੋਪਰ ਇਹਨਾਂ ਦੀ ਕੇਅਰ, ਇਹਨਾਂ ਦੀ ਗੱਲ ਕੱਲੀ ਕੇਅਰ ਨਹੀਂ, ਕੇਅਰ ਇਹਨਾਂ ਦੀ ਐ ਵੀ ਪਾਊਡਰ ਪੂਡਰ ਦਿੱਤਾ ਨਾਲ ਹੀ ਮੈਨੂੰ ਵਿਚਾਰੇ। ਠੀਕ ਹੈ, ਹਾਂਜੀ ਹਾਂਜੀ, ਪਾਊਡਰ ਵਗੈਰਾ ਦਿੱਤਾ ਜਾਵੇ ਫਿਰ ਪ੍ਰੋਪਰ ਇਹਨਾਂ ਦੀ ਬੋਡੀ ਵੇਟ ਗੇਨ ਹੁੰਦਾ ਜੀ, ਅੰਦਰੋਂ ਵੀ ਸਖਤ ਹੋ ਜਾਂਦਾ ਜੀ। ਸਹੀ ਹੈ, ਨਹੀਂ ਕਈ ਵਾਰੀ ਨਾ ਆਪਾਂ ਬੱਚੀ ਉਹ ਕਰਵਾਉਣ ਲੱਗ ਜਾਂਦੇ ਵੀ ਇਹ ਆਈ, ਅੰਦਰੋਂ ਬੱਚੇ ਦਾ ਨਹੀਂ ਕਮਜ਼ੋਰ ਹੁੰਦੀ। ਠੀਕ ਹੈ, ਰਿਪੀਟ ਹੋਣ ਦਾ ਬਾਰ ਕਾਰਨ ਇੱਕ ਵੀ ਬੋਡੀ ਵੇਟ ਘੱਟ ਹੁੰਦਾ, ਇੱਕ ਆਪਾਂ ਜਲਦੀ ਕਰਵਾਉਣੀ ਘੱਟੋ ਘੱਟ 18-17 ਮਹੀਨੇ ਦੀ ਘੱਟੋ ਘੱਟ, ਜੇ ਪ੍ਰੋਪਰ ਮੰਨ ਲਓ ਵੀ ਇਹਦੇ ਅੰਦਰ ਬੱਚੇ ਦਾ ਨਹੀਂ ਸਹੀ ਹੈ, ਡਾਕਟਰ ਬਾ ਚੈੱਕ ਕਰਵਾ ਕੇ ਉਹ ਕਰ ਸਕਦੇ ਹਾਂ। ਠੀਕ ਹੈ, ਫਿਰ ਇਹ ਆਈ ਕਰਵਾਉਣ ਦਾ ਫਾਇਦਾ ਸਹੀ ਹੈ, ਯਾਨੀ ਪਾਊਡਰ ਛੋਟੀਆ ਕਰਵਾਉਣੇ ਆ ਤੇ ਬਾਅਦ ਚ ਜਾ ਕੇ ਫਿਰ ਜਦੋਂ ਲਾਸਟ ਦੇ 9 ਮਹੀਨੇ ਬਾਅਦ ਜੇ ਬੱਚਾ ਦਿੰਦੀ ਹੈ ਤੇ ਉਦੋਂ ਫਿਰ ਆਪਾਂ ਤੰਗ ਬਹੁਤ ਆਂ, ਤੁਹਾਨੂੰ 100 ਚੋਂ 50 ਕੇ 60 ਕੇ ਸੀ ਇਹ ਹੀ ਹੁੰਦੀ ਹੈ ਜਿਹੜੇ ਕਿ ਬੱਚੇ ਦਾ ਨਹੀਂ, ਤੁਹਾਨੂੰ ਪਤਾ ਵੀ ਫਿਰ ਬੱਚਾ ਤੁਹਾਨੂੰ ਕੱਢਣਾ ਪੈਂਦਾ, ਕੱਢਣਾ ਪੈਂਦਾ, ਬੱਚਾ ਫਸਦਾ। ਹਾਂਜੀ ਹਾਂਜੀ, ਠੀਕ ਹੈ, ਯਾਨੀ ਪਾਊਡਰ ਰੂਟੀਨ ਚ ਦੱਸੋ ਇਹ ਤਾਂ ਗੱਲ ਤੁਸੀਂ ਪੱਕੀ ਬਣਾ ਲਓ। ਇਹਦਾ ਰੇਟ ਕੀ ਰੱਖਿਆ ਮੈਨੂੰ ਬਾਈ? ਇਹਦਾ 32,000 ਰੁਪਏ ਬਾਈ ਤੋਰੀ। ਇਹਨੂੰ 1 ਮਹੀਨੇ ਤੋਂ ਉੱਪਰ ਹੋ ਗਈ ਹੈ ਆਈ ਨੂੰ, ਠੀਕ ਹੈ, ਆਪਾਂ ਖਾਲੀ ਕਰਕੇ ਦੇਵਾਂਗੇ। ਦੋਸਤੋ 1 ਮਹੀਨੇ ਤੋਂ ਉੱਤੇ ਹੋ ਗਿਆ ਇਹਦੇ ਟੀਕਾ, ਪਰ ਇਹਨੂੰ ਪਰ ਇਹ ਖਾਲੀ ਕਹਿ ਕੇ ਦੇਣੀ ਹੈ। 32,000 ਇਹਦਾ ਰੇਟ ਆ ਤੇ ਸਾਹੀਵਾਲ ਆਪਣੇ ਕੋਲ ਸਟਰੋਂਗ ਹੈਗੀ ਨਾਲ ਦੇ ਅੰਦਰ। ਠੀਕ ਹੈ, ਸਾਹੀਵਾਲ ਦੀ ਸਿਮਨ ਲਾਇਆ ਬਾਈ, ਸਾਹੀਵਾਲ ਦਾ ਸਿਮਨ ਇਹਦੇ ਲੱਗਾ, ਸੋਹਣੇ ਰੰਗ ਦੀ ਦੋਸਤੋ, ਲਾਲ ਰੰਗ ਚਮਕਦਾ ਹੈ। ਤੇ ਸਾਹੀਵਾਲ ਦੀ ਜਿਹੜੀ ਮੈਨੂੰ ਖਾਸੀਅਤ ਮੈਂ ਦੇਖਦਾ ਹੁੰਦਾ ਤਾਂ ਉਹ ਇਹ ਆ ਵੀ ਇਹ ਲਿਪੜਦੀਆਂ ਨਹੀਂ, ਇਹਨਾਂ ਨੂੰ ਇਹਨਾਂ ਨੇ ਗੋਹੇ ਤੇ ਬਹਿਣਾ ਹੀ ਨਹੀਂ ਗਾ, ਇਹਨਾਂ ਨੂੰ ਕੋਈ ਖੁੱਲੀਆਂ ਵੀ ਛੱਡ ਦਿਓਗੇ ਤਾਂ ਇਸੇ ਤਰ੍ਹਾਂ ਰੰਗ ਇਹਨਾਂ ਦਾ ਰਹਿੰਦਾ। ਇਹਦਾ ਰੇਟ 32,000 ਆ। ਗੱਲ ਦੁਬਾਰਾ ਐਡ ਕਰ ਦਿੰਦਾ ਬਾਈ ਦੀ ਵੀ ਜਦੋਂ ਵੀ ਕੋਈ ਵੱਛੀ ਸਾਂਭਣੀ ਹੈ ਡੀਵਰਮਿੰਗ ਕਰਨ ਤੋਂ ਬਾਅਦ 'ਚ ਪ੍ਰੋਪਰ ਫੀਡ ਦੇ ਨਾਲ ਮਿਨਰਲ ਮਿਕਸਚਰ ਚੱਲਣਾ ਜ਼ਰੂਰੀ ਹੈ। ਸੋ ਤੁਸੀਂ ਉਸ ਹਿਸਾਬ 'ਤੇ ਇਹਨਾਂ ਦੀ ਸੰਭਾਲ ਕਰਿਆ ਕਰੋ। ਨਿਰਮਲ ਬਾਈ ਇਹ ਵੀ ਵੇਚਾਂਗੇ ਜਾਂ ਹਜੇ ਨੀ ਇਰਾਦਾ ਇਹਦਾ? ਹਜੇ ਬਾਈ ਇਹਨੂੰ 1 ਮਹੀਨਾ ਤੇ 9 ਦਿਨ ਹੋ ਗਏ ਜੀ ਆਪਣੇ ਸੀਮਨ ਲਈ ਨੂੰ। ਠੀਕ ਹੈ, ਤੇ ਫਿਰ ਇਹ ਆਪਦੀ ਮਹਿੰਗੀ ਲਈ ਬਾਈ? ਠੀਕ ਹੈ, ਹਾਂਜੀ ਹਾਂਜੀ ਹਾਂਜੀ, ਚੈੱਕ ਚ ਕਰਕੇ ਫੇਰ ਵੇਚਾਂਗੇ, ਚੈੱਕ ਕਰਵਾ ਕੇ ਵੇਚਾਂਗੇ। ਨਹੀਂ ਕਈ ਵਾਰ ਜੇ ਹੁਣ ਆਪਾਂ ਮੁੱਲ ਕਰਦੇ ਆ ਲੱਗਾ ਇਹਨਾਂ ਅਸਰ ਬੱਚੀ ਦਾ ਇੰਨਾ ਮੁੱਲ ਕਰ ਲਈ, ਸਹੀ ਗਊ ਆ ਜਾਂਦੀ 40,000 ਦੀ ਤਾਈ। ਚਲੋ ਜਿਹੜੀ 40,000 ਦੀ ਗਊ ਆਉਂਦੀ ਜਿਹੜੀ ਹੁਣ ਰੁੱਤ ਚ ਆਉਂਦੀ ਹੈ ਤੁਹਾਨੂੰ ਪਤਾ ਹੀ, ਦੁੱਧ 10-12 ਕਿਲੋ ਵਾਲੀ ਹੁੰਦੀ। ਸਹੀ ਹੈ, ਇਹ ਹੁਣ ਘੱਟੋ ਘੱਟ 52 ਕਿਲੋ ਮਾਂ ਦਾ ਰਿਕਾਰਡ ਸੀਗਾ ਬੱਚੀ ਦਾ। ਠੀਕ ਹੈ, ਦੇਖੋ ਜੀ ਥੱਲੋ ਦੇਖੋ ਬੱਚੀ। ਦੋਸਤੋ 1 ਮਹੀਨਾ ਤੇ 9 ਦਿਨਾਂ ਦੀ ਗੱਭਣ ਹੈ ਪਰ ਹਜੇ ਚੈੱਕ ਚ ਨਹੀਂ ਆਉਂਦੀ। ਤੋਰ ਦੇ ਬਈ ਨੂੰ ਮੜਾ ਜਾ, ਵੈਸੇ ਤੋਰ ਕੇ ਰਖਾ, ਤੋਰ ਦੇ ਮੜੀ ਜੀ। ਇਹ ਹਜੇ ਵਿਕਰੀ ਵਾਸਤੇ ਨਹੀਂ ਗੀ, ਇਹ ਜਦੋਂ ਚੈੱਕ ਪਾਸ ਹੋਊਗੀ ਤਾਂ ਉਦੋਂ ਬਾਅਦ 'ਚ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ। ਵੈਸੇ ਨਵਾਈ ਖੜੀ ਆ ਅਤੇ ਬਾਹਰ ਹੀ ਖੜੀ ਆ, ਤੁਹਾਨੂੰ ਵੀਡੀਓ 'ਚ ਦਿਖਾ ਦਿੰਦੇ ਹਾਂ। ਚੰਗੇ ਵਜਨ ਵਾਲੀ ਵੈੜ ਆ ਦੱਸੋ। ਅਤੇ ਇਹ ਦੰਦੋ ਕਿਵੇਂ ਆ ਨਰਮ ਬਾਈ? ਦੋ ਦੰਦ ਹੈ? ਹਾਂਜੀ, ਹੁਣ ਚੱਕੇ ਦੋ ਦੰਦ ਹਨ। ਠੀਕ ਹੈ ਦੱਸੋ, ਇਹ ਦੋ ਦੰਦ ਵੱਛੀ ਹੈ, ਚੰਗੇ ਬਾਡੀ ਵੇਟ ਦੀ ਹੈ। 1 ਮਹੀਨਾ ਅਤੇ 9 ਦਿਨ ਹੋਏ ਆ ਗੱਭਣ ਹੋਈ ਨੂੰ ਪਰ ਹਜੇ ਚੈੱਕ ਪਾਸ 'ਚ ਨਹੀਂ ਆਉਂਦੀ। ਵੈਸੇ ਵਿਕਰੀ ਵਾਲੇ ਨਾਗ 9 ਸੀਗੇ, ਅੱਜ 9 ਦੇ 9 ਤੁਹਾਨੂੰ ਦਿਖਾਤੇ ਆ। ਇਹਨਾਂ 'ਚੋਂ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਓ। ਨੰਬਰ ਬਾਈ ਦਾ ਸਕਰੀਨ ਉੱਤੇ ਚੱਲ ਰਿਹਾ। ਧੰਨਵਾਦ ਵੀਡੀਓ ਦੇਖਣ ਲਈ।